ਤਾਂ ਕੀ ਆ ਠੀਕ ਠਾਕ ਹੋ ਮਾਤਾ ਜੀ ਨੇ ਆਪਣੇ ਸ਼ਹਿਰ ਧਰਮਕੋਟ ਵੀਰ ਨੇ ਦੱਸਿਆ ਸੀ ਕਿ ਇਹਨਾਂ ਦਾ ਕਮਰਾ ਸੀ ਛੋਟਾ ਜਿਹਾ ਕਿਸੇ ਤਕਰੀਬਨ 10x10 ਦਾ ਵਾ ਔਰ ਇਹ ਡਿੱਗ ਪਿਆ ਸੀ ਸਿਆਲ ਚ ਤੇ ਮਾਤਾ ਜੀ ਤੁਸੀਂ ਕਿਹਾ ਸਿਆਲ ਵਿੱਚ ਬਾਹਰ ਰਹੇ ਹੋ ਇੱਥੇ ਹੀ ਮਾਤਾ ਜੀ ਦੱਸਿਆ ਕਿ ਸਿਆਲ ਜੀ ਸਾਰਾ ਸਿਆਲ ਇੱਥੇ ਬਾਹਰ ਹੀ ਸੁਣਦੇ ਰਹੇ ਇਹਨਾਂ ਦਾ ਇੱਕ ਬੇਟਾ ਸੀ ਅੱਜ ਤੋਂ 5-6 ਸਾਲ ਪਹਿਲਾਂ ਇਹਨਾਂ ਦਾ ਕਮਾਊ ਬੇਟਾ ਸੀਗਾ ਉਹ ਛੋਟੀ ਮੋਟੀ ਰੇੜੀ ਲਾਉਂਦਾ ਸੀ ਡੈਥ ਹੋ ਗਈ ਸੀ ਉਹਦੀ ਅਤੇ ਇਹਨਾਂ ਜਿਹੜੇ ਬੱਚੇ ਸੀ ਉਹ ਆਊਟ ਰਹੇ ਮਾਤਾ ਰਹਿੰਦੇ ਇੱਥੇ ਅਤੇ ਆਹ ਤੁਸੀਂ ਦੇਖ ਸਕਦੇ ਹੋ ਆਪਾਂ ਮਾਤਾ ਜੀ ਛੋਟਾ ਜਿਹਾ ਕਮਰਾ 10x10 ਦਾ ਮੈਂ ਬਣਾ ਲਈ ਕਮਰਾ ਛੋਟਾ ਜਿਹਾ ਅੱਛਾ ਅੱਛਾ ਬਣਾ ਦੇਣਾ ਮਾਤਾ ਨੂੰ ਕਮਰਾ ਆਪਾਂ ਅਤੇ ਇਹ ਮੇਰੇ ਕੋਲ ਨਾ 25,000 ਰੁਪਇਆ ਪਿਆ ਇਹ ਵੀਰ ਹਰਪ੍ਰੀਤ ਸਿੰਘ ਅਮਨਦੀਪ ਸਿੰਘ ਪੁੱਤਰ ਸਰਦਾਰ ਹਰਦੇਵ ਸਿੰਘ ਅਮੈਰੀਕਾ ਫਗਵਾੜੇ ਤੋਂ ਇਹਨਾਂ ਭੇਜਿਆ 25,000 ਰੁਪਏ ਮੇਰੇ ਕੋਲ ਪਿਆ ਵਾ ਔਰ ਮਨਜੀਤ ਸਿੰਘ ਕਾਹਨ ਸਿੰਘ ਵਾਲਾ ਕੱਲ੍ਹ 2,000 ਰੁਪਏ ਦੇ ਗਏ ਸੀ ਮੈਨੂੰ ਫਰੀਦਕੋਟ ਤੋਂ ਸਰਦਾਰ ਬਾਜ ਸਿੰਘ ਦਸਤਾਰ ਅਕੈਡਮੀ ਫਰੀਦਕੋਟ 1,000 ਰੁਪਏ ਕੱਲ੍ਹ ਵੀਰੇ ਮਿਲਣ ਆਏ ਸੀ ਕੱਲ੍ਹ ਇਹ ਦੇ ਗਏ ਸੀ ਦੋਸਤੋ ਆਪਣੇ ਕੋਲ ਰੁਪਈਆ 28,000 ਰੁਪਏ ਆਪਣੇ ਕੋਲ ਹੈਗਾ ਵਾ ਔਰ ਆਪਾਂ ਨੂੰ ਵੱਧ ਤੋਂ ਵੱਧ 10x10 ਦਾ 50 ਤੋਂ ਮਤਲਬ ਇੰਨੇ ਕੁ ਪੈਸੇ ਆਪਾਂ ਨੂੰ ਹੋਰ ਚਾਹੀਦੇ ਆ ਜਿੰਨੇ ਕੁ ਆਪਣੇ ਕੋਲ ਆ ਤੋ 25-30 ਹਜ਼ਾਰ ਰੁਪਏ ਨੂੰ ਹੋਰ ਚਾਹੀਦਾ ਆਪਾਂ ਨੂੰ ਠੀਕ ਆ ਅਤੇ ਆਪਾਂ ਮਾਤਾ ਦਾ ਕਮਰਾ ਜਿਹੜਾ ਬਣਾ ਕੇ ਛੱਤ ਪਾ ਕੇ ਮਾਤਾ ਨੂੰ ਵਿੱਚ ਪਾ ਦੇਣਾ ਠੀਕ ਆ ਮਾਤਾ ਜੀ ਠੀਕ ਹੈ ਖੁਸ਼ ਹੋ ਬੱਚੇ ਇਹ ਮਾਤਾ ਖੁਸ਼ ਆ ਮਾਤਾ ਨੂੰ ਆਪਾਂ ਕਮਰਾ ਮੰਗਦੇ ਹਾਂ ਦੋਸਤੋ 28,000 ਰੁਪਏ ਕੋਲ ਹੈਗਾ ਵਾ 28-30 ਹਜ਼ਾਰ ਆਪਾਂ ਨੂੰ ਹੋਰ ਚਾਹੀਦਾ ਅਤੇ ਮਾਤਾ ਨੂੰ ਕਮਰਾ ਪਾ ਕੇ ਕਮਰੇ 'ਚ ਪਾ ਦੇਣਾ ਮਾਤਾ ਨੇ ਸਾਰਾ ਸਿਆਲ ਇੱਥੇ ਕੱਢਿਆ ਦੇਖੋ ਦੇਖੋ ਮਾਤਾ ਦੇਖੋ ਦੋਸਤੋ ਹੱਥ ਜੋੜ ਕੇ ਬੇਨਤੀ ਆ ਨਹੀਂ ਮਾਤਾ ਨਾ ਰੋਣਾ ਫਿਰ ਨਹੀਂ ਰੋਣਾ ਠੀਕ ਆ ਜੇ ਤਾਂ ਰਾਸ਼ਨ ਮੈਂ ਦੇ ਕਰੂੰ 1,000 ਮਹੀਨੇ ਠੀਕ ਆ ਰੋਟੀ ਮੇਰੇ ਘਰੋਂ ਖਾ ਕੇ ਦੋ ਟਾਈਮ ਸਵੇਰੇ ਵੀ ਸ਼ਾਮੀ ਵੀ ਠੀਕ ਆ ਘਰ ਵੇਖ ਲੈਣਾ ਦੋਵੇਂ ਟਾਈਮ ਮੇਰੇ ਘਰੋਂ ਰੋਟੀ ਖਾ ਕੇ ਠੀਕ ਆ ਚਲੋ ਠੀਕ ਆ ਮਾਤਾ ਕਮਰਾ ਭੇਜੋ ਠੀਕ ਆ ਓਕੇ ਦੋਸਤੋ ਵਾਤਾਵਰਨ ਮਦਦ ਕਰਨੀ ਆਪਾਂ ਨੂੰ ਸਿਰਫ 30,000 ਹੋਰ ਚਾਹੀਦਾ ਵਾ 28,000 ਆਪਣੇ ਕੋਲ ਹੈਗਾ ਠੀਕ ਆ ਦੋਸਤੋ ਸਤਿ ਸ਼੍ਰੀ ਅਕਾਲ ਜੀ